ਫਿਰੋਜ਼ਪੁਰ ਦੇ ਚੌਕ ਰੋਡ ਤੇ ਸਥਿਤ ਚਰਚ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦ ਚਰਚ ਦੀ ਪ੍ਰਚਾਰਕ ਸੋਨੀਆ ਉੱਪਰ ਪੁਲਿਸ ਦੇ ਸਾਹਮਣੇ ਹੀ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚਰਚ ਦੇ ਪਾਦਰੀ ਫਿਲਿਪ ਰਾਕੇਸ਼, ਪਾਦਰੀ ਸਰਵਨ ਮਸੀਹ ਅਤੇ ਪ੍ਰਚਾਰਕ ਸੋਨੀਆ ਨੇ ਦੱਸਿਆ ਕਿ ਚਰਚ ਵਿੱਚ ਨਜਾਇਜ਼ ਤੌਰ ਤੇ ਰਹਿ ਰਹੇ ਕੁਝ ਲੋਕਾਂ ਵੱਲੋਂ ਪੁਲਿਸ ਦੇ ਸਾਹਮਣੇ ਹੀ ਉਸ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਕਮਿਊਨਿਟੀ ਹਾਲ ਵਿੱਚ ਜੋ ਨਜਾਇਜ਼ ਤੌਰ ਤੇ ਰਹਿ ਰਹੇ ਹਨ ਸੰਜੇ ਫਿਲਿਪ ਅਤੇ ਉਸ ਦੀ ਪਤਨੀ ਸੁਰਿੰਦਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਬਣਾਈ ਗਈ ਯੋਜਨਾ ਦੇ ਤਹਿਤ ਹੋਇਆ ਹੈ। ਮੇਰਾ ਨਾਮ ਅਵੈਂਜਲਿਸ ਸੋਨੀਆ ਹੈ। ਮੈਨੂੰ ਚਰਚ ਆਫ ਨੌਰਥ ਇੰਡੀਆ ਡਾਇਸਿਸ ਆਫ ਚੰਡੀਗੜ੍ਹ ਵੱਲੋਂ ਸੈਂਟ ਐਂਡਰਿਊ ਚਰਚ ਵਿੱਚ ਨਿਯੁਕਤ ਕੀਤਾ ਗਿਆ ਕਿ ਪ੍ਰਭੂ ਦੇ ਘਰ ਵਿੱਚ ਜਾ ਕੇ ਪ੍ਰਭੂ ਦੀ ਸੇਵਾ ਕਰਾਂ, ਉਸ ਨੂੰ ਸਵੇਰੇ ਸ਼ਾਮ ਖੋਲ੍ਹਾਂ, ਇਬਾਦਤਾਂ ਅਤੇ ਬੰਦਗੀਆਂ ਕਰਾਵਾਂ। ਜਦੋਂ ਮੈਂ ਚਰਚ ਵਿੱਚ ਗਈ ਹਾਂ 27 ਤਰੀਕ ਨੂੰ, ਅਤੇ ਉੱਥੇ ਜਦੋਂ ਮੈਂ ਚਰਚ ਵਿੱਚ ਇਬਾਦਤ ਕਰਨ ਲਈ ਆਪਣੀ ਸੰਗਤ ਦੇ ਨਾਲ ਪਹੁੰਚੀ ਹਾਂ, ਮੋਰਗਨ ਮਤੀ, ਸੰਜੇ ਫਿਲਿਪ ਅਤੇ ਸੁਰਿੰਦਰ ਵਾਈਫ, ਜੋ ਸੰਜੇ ਫਿਲਿਪ ਦੀ ਵਾਈਫ ਆ ਸੁਰਿੰਦਰ ਕੌਰ, ਇਹਨਾਂ ਨੇ ਪਹਿਲੇ ਤੋਂ ਹੀ ਪਲਾਨ ਕੀਤਾ ਹੋਇਆ ਸੀਗਾ। ਪੁਲਿਸ ਵੀ ਉੱਥੇ ਮੌਜੂਦ ਸੀਗੀ, ਅਤੇ ਜਦੋਂ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਆ ਕਿ ਮੈਂ ਚਰਚ ਵਿੱਚ ਪ੍ਰਾਰਥਨਾ ਕਰਨ ਆਈ ਹਾਂ, ਅਤੇ ਇਹਨਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ ਆ। ਅਤੇ ਸਭ ਤੋਂ ਪਹਿਲਾਂ ਜੋ ਮੋਰਗਨ ਮਤੀ ਆ ਉਸਨੇ ਮੇਰੇ ਲੱਤ ਮਾਰੀ ਆ, ਅਤੇ ਪੁਲਿਸ ਦੀ ਮੌਜੂਦਗੀ ਵਿੱਚ ਲੱਤ ਮਾਰੀ ਗਈ ਜਦੋਂ, ਅਤੇ ਫਿਰ ਇਸ ਤੋਂ ਬਾਅਦ ਇਹਨਾਂ ਨੇ ਸੰਜੇ ਫਿਲਿਪ ਨੇ ਵੀ ਮੇਰੇ 'ਤੇ ਅਟੈਕ ਕੀਤਾ, ਮੇਰੇ ਥੱਪੜ ਮਾਰੇ ਆ, ਔਰ ਮੇਰੀਆਂ ਦੋਨੋਂ ਜੋ ਵਾਲੀਆਂ ਉਹ ਵੀ ਉੱਤਰ ਗਈਆਂ ਵਾ। ਅਤੇ ਇਹ ਜਿਹੜਾ ਮੋਰਗਨ ਮਤੀ ਆ ਮੇਰੀ ਇੱਕ ਵਾਲੀ ਤੋਂ ਲੈ ਕੇ ਭੱਜ ਗਿਆ, ਕਿਉਂਕਿ ਇਸਨੇ ਜਦੋਂ ਦੇਖ ਲਿਆ ਕਿ ਜ਼ਿਆਦਾ ਅਟੈਕ ਕੰਮ ਸ਼ੁਰੂ ਹੋ ਗਿਆ, ਅਤੇ ਇਹ ਉੱਥੋਂ ਜਗ੍ਹਾ ਤੋਂ ਚਲਾ ਗਿਆ ਵਾ ਝਗੜੇ ਦੇ ਤੋਂ। ਸੰਜੇ ਫਿਲਿਪ ਅਤੇ ਉਸਦੀ ਵਾਈਫ ਜੋ ਸੁਰਿੰਦਰ ਕੌਰ ਵਾ, ਉਸਨੇ ਜਦੋਂ ਮੇਰੇ ਵਾਲਾਂ ਤੋਂ ਫੜ ਕੇ ਮੈਨੂੰ ਥੱਲੇ ਸੁੱਟ ਲਿਆ ਵਾ। ਇਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਕਾਫੀ ਜੋ ਮੇਰੇ ਜੋ ਪਵਿੱਤਰ ਕੈਸਕ ਪਾਇਆ ਸੀ ਬੇਅਬਦੀ ਕੀਤੀ ਗਈ ਆ, ਮੇਰੇ ਵਾਲ ਪੁੱਟੇ ਗਏ, ਮੇਰੇ ਨਾਲ ਇਹਨਾਂ ਨੇ ਬਹੁਤ ਜੋ ਮਾੜਾ ਸਲੂਕ ਕੀਤਾ ਆ। ਔਰ ਜੋ ਪੁਲਿਸ ਸੀ ਉੱਥੇ, ਲੇਡੀਜ਼ ਪੁਲਿਸ ਵੀ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੋਇਆ, ਤਾਂ ਜੋ ਲੇਡੀਜ਼ ਪੁਲਿਸ ਸੀਗੀ ਉਹ ਦੇਖ ਰਹੀ ਸੀ, ਔਰ ਛੁਡਾਉਣ ਦੀ ਬਜਾਏ ਉਹਨਾਂ ਨੇ ਉਹ ਵੀਡੀਓ ਬਣਾ ਰਹੀ ਸੀਗੀ। ਪੁਲਿਸ ਪ੍ਰਸ਼ਾਸਨ ਸਗੋਂ ਪਾਦਰੀ ਸਾਹਿਬਾਂ ਨੂੰ ਮਤਬਲ ਬੁਰਾ ਵਿਵਹਾਰ ਕਰਦੇ ਰਹੇ, ਅਤੇ ਇਹਨਾਂ ਨੇ 30/3/2019 ਨੂੰ ਅਵੈਂਜਲਿਸਟ ਸੋਨੀਆ ਜੋ 2018 ਤੋਂ ਸੇਵਾ ਕਰ ਰਹੇ ਆ, ਪੁਲਿਸ ਡਿਪਾਰਟਮੈਂਟ ਨੂੰ ਪਤਾ ਸੀਗਾ ਕਿ ਪਾਦਰੀ ਦਾ ਕੈਸਕ ਵੀ ਪਾੜ ਦਿੱਤਾ ਗਿਆ ਵਾ, ਔਰ ਪਾਦਰੀ ਦੇ ਨਾਲ ਬਦਸਲੂਕੀ ਕੀਤੀ ਗਈ ਆ, ਔਰ ਚਰਚ ਦੇ ਅੰਦਰ ਕੀਤੀ ਗਈ ਆ। ਉਹਦੇ ਵਿੱਚ ਰੋਬਨ ਮਸੀਹ ਅਤੇ ਸੰਜੇ ਫਿਲਿਪ ਉਹਨਾਂ ਦੇ ਪਰਿਵਾਰਾਂ ਨੇ ਕੀ ਕੀਤਾ ਕਿ ਪਾਦਰੀ ਸਾਹਿਬ ਨੂੰ ਬਹੁਤ ਮਾਰਿਆ, ਪਰ ਪੁਲਿਸ ਨੇ ਝੂਠਾ ਕੇਸ ਜਿਹੜਾ ਉਹ ਪਾਦਰੀ ਸੋਨੀਆ 'ਤੇ ਪਾ ਦਿੱਤਾ, ਅਵੈਂਜਲਿਸਟ ਸੋਨੀਆ 'ਤੇ ਪਾਇਆ, ਅਤੇ ਆਪਣੇ ਆਪ ਹੀ ਉਹਨਾਂ ਨੇ ਫੈਸਲਾ ਕਰ ਲਿਆ ਸਾਨੂੰ ਕੋਈ ਪਤਾ ਨਹੀਂ ਕੀ ਕਰਦੇ ਰਹੇ ਆ। ਹੁਣ ਜਦੋਂ ਪਾਦਰੀ ਸੋਨੀਆ ਇੱਥੇ ਦੁਆ ਕਰਨ ਵਾਸਤੇ ਗਈ ਆ, ਅਤੇ ਇਹਨਾਂ ਦੇ ਪਹਿਲੇ ਹੀ ਪਲਾਨ ਕੀਤਾ ਹੋਇਆ ਹੈਗਾ ਸੰਜੇ ਫਿਲਿਪ ਉਹਦੀ ਵਾਈਫ ਦੇ ਮੋਰਗਨ ਮਤੀ ਨੇ ਕਿ ਅੱਜ ਅਸੀਂ ਇਸ ਪਾਦਰੀ ਨੂੰ ਜਾਨੋਂ ਮਾਰ ਦੇਣਾ ਵਾ, ਇੱਦਾਂ ਲੱਗ ਰਿਹਾ ਮਹਿਸੂਸ ਹੋ ਰਿਹਾ ਦੌਰੇ ਦਾ। ਪੁਲਿਸ ਪਾਰਟੀ ਦੇ 35-40 ਮੁਲਾਜ਼ਮ ਉੱਥੇ ਖੜ੍ਹੇ ਸੀ, ਲੇਡੀ ਪੁਲਿਸ ਵੀ ਉਹਨਾਂ ਦੇ ਨਾਲ ਸੀਗੀ, ਅਤੇ ਉਹਨਾਂ ਨੇ ਜਦੋਂ ਪਾਦਰੀ ਅਵੈਂਜਲਿਸ ਸੋਨੀਆ ਆਪਣੇ ਤਾਲੇ ਵੱਲ ਗਈ ਆ, ਬਿਲਕੁਲ ਦਰਵਾਜ਼ੇ ਦੇ ਸਾਹਮਣੇ ਲੜਾਈ ਹੋਈ ਆ, ਪ੍ਰਾਰਥਨਾ ਕਰਨ ਦੇ ਲਈ ਕਿਹਾ, ਕੋਰਟ ਦਾ ਉਹਨਾਂ ਨੂੰ ਆਰਡਰ ਵੀ ਦਿਖਾਇਆ, ਅਤੇ ਕੋਰਟ ਦਾ ਆਰਡਰ ਵਾਰ ਵਾਰ ਦਿਖਾਉਂਦੇ ਆ, ਅਤੇ ਕੋਰਟ ਦਾ ਆਰਡਰ ਦਿਖਾਉਣ ਦੇ ਬਾਵਜੂਦ ਵੀ ਇਹਨਾਂ ਨੇ ਕੀਤਾ ਕਿ ਮੋਰਗਨ ਮਤੀ ਨੇ ਲੱਤ ਮਾਰਤੀ ਆ ਸੋਨੀਆ ਦੇ ਪੇਟ 'ਚ, ਫਿਰ ਉਹਨੇ ਥੱਪੜ ਮਾਰਿਆ ਅਤੇ ਉਹਦੀਆਂ ਦੋਨੋਂ ਵਾਲੀਆਂ ਲੱਤ ਜਾਂਦੀਆਂ ਵਾਂ, ਅਤੇ ਮੋਰਗਨ ਮਤੀ ਇੱਕ ਵਾਲੀ ਚੁੱਕ ਕੇ ਦੌੜ ਜਾਂਦਾ, ਅਤੇ ਸੁਰਿੰਦਰ ਜਿਹੜੀ ਆ ਉਹਨੂੰ ਪਾਦਰੀ ਦੇ 'ਤੇ ਇਹਨਾਂ ਨੇ ਛੱਡਿਆ ਵਾ,
वाल फड़वा दिते आ, बहुत बुरी तरह के नाल उन्हां दे पवित्र लिबास जिवें साडे धर्म गुरु पांदे आ गए आ, चाहे गुरुद्वारा साहब होया, चाहे हर एक पंडित पादरी की एक अपनी अलग पहचान होंदी आ कि साडा चुणिया होया आगू आ। इस तरह ने अपना पवित्र लिबास पाया होया सीगा ते उस लिबास नूं मिट्टी दे विच तुसीं देखिया कि मूवी च किवें रोलिया गया वा। साडी एक क्रिश्चन फ्रंट आ ते उन्होंने इत्थे एक फैमिली सीगी, उन्हां दा नाम सीगा की ना लैंदे आ अर्नेस्ट फिलिप करके सीगे, ते वो इत्थे आए ते उन्हां दे कोल कोई घर बार नहीं सीगा, पहला वेच गए इत्थे चंडीगढ़ वगैरह गए फिर इत्थे आ गए सीगे ते कोई घर बार नहीं सीगा, ते उन्होंने रिक्वेस्ट की ते इन्होंने की करिया ठहरन वास्ते थोड़े दिनों लई बई महीना कु तुसीं रह लो ते उहदे बाद अपना अरेंजमेंट कर लो। इन्होंने कहा भाई 3 महीने का सानू वक्त दिओ ताकि असी फिर इत्थे रहांगे ते फिर अपना अरेंजमेंट कर लांगे। लिखित रूप के नाल इन्हां नूं टाइम दिता गया उत्थे ते फिर उहदे बाद उह रहिंदे रहिंदे इन्होंने बहानेबाजियां अपने करदे रहे ते उत्थे बैठे रहे ते काम चलता रहा। उहदे बाद इह कम्यूनिटी हॉल दे विच उत्थे रह रहे आ जिहड़ा बनाया गया सी गरीबां लई करन लई। लेकिन इत्थे जदों चर्च दे विच इबादत करन जांदे आ ते इत्थे इह ते इक हैगे आ मॉर्गन करके हैगे आ है ना, ते उह जदों इह जांदे इबादत लई ते इहदी इबादत दे विच खलल पैदा करन दे लई चर्च नूं ताले ला देने, चर्च दे ताले तोड़ देने। पहला जदों इन्हां ने ताले उत्थे लाए हुए सीगे उन्हां नूं तालिआं नूं तोड़ के इन्हां ने उह ताले उत्थे बदलते अपने लाते उत्थे ताले, ते उहदे बाद जिहड़ी आ जदों इबादत लई करन लई जांदे आ ते उत्थे उन्हां लई प्रॉब्लम्स पैदा करदे। इत्थों तक कि 27 तारीख नूं जिहड़ी घटना घटित होई आ जदों इह गए आ ते इन्हां दे उत्ते हमला होया ते उहदी जिहड़ी वीडियो तैयार है और उत्थे पुलिस भी सीगी, पुलिस उत्थे असीं देखिआ भी उत्थे वीडियो बना रही आ लेकिन इन्हां दा कोई बचाव नहीं किया जा रहा। इन्हां ते इन्हां दी बेटी दे उत्ते बहुत अटैक होया ते उन्हां दे कैसक पाया सीगा उहदे विच बेअदबी हुई, बेइज्जती कीती गई, उन्हां नूं जमीन ते रोलिया गया, उन्हां दे बाल पुट्टे गए, मारिया गया और बहुत ही ज़्यादा उन्हां दे नाल घिनौनी हरकत जिहड़ी आ होईआं। सर जिहड़े चर्च दे विच जिहड़ा हंगामा होया सर की मामला सीगा सर? इन्हां दोनों पार्टियां दी आपस विच माड़ी मोड़ी तूं तूं मैं होई सी ते दोनों पार्टियां ही दाखल होईआं, सुरिंदर फिलिप ਅਤੇ ਉਹ ਸੰਜੇ ਫਿਲਪ ਦੀ ਘਰਵਾਲੀ ਦਾਖਲ ਹੋਈ ਆ ਅਤੇ ਸੋਨੀਆ ਪਤਨੀ ਸਰਵਣ ਇਹ ਵੀ ਦਾਖਲ ਹੋਈ, ਇਹਨਾਂ ਦੀ ਬੇਟੀ ਵੀ ਅੰਜੂ ਦਾਖਲ ਹੋਈ ਆ। ਪਰ ਜਿਹੜਾ ਉਹ ਸੰਜੇ ਫਿਲਪ ਨੇ ਆਪਦੇ ਬਿਆਨ ਲਿਖਾ ਦਿੱਤੇ ਸੀ ਇਹ 22 MLR ਲੈ ਕੇ ਆਇਆ, ਪਰ ਉਸ ਤੋਂ ਬਾਅਦ ਅੱਜ ਇਹ MLR ਆਪਦੇ ਲਿਖਤੀ ਬਿਆਨ ਲੈ ਕੇ ਆਇਆ, ਪਹਿਲਾਂ ਨੇ ਬਿਆਨ ਕੋਈ ਨਹੀਂ ਲਿਖਾਇਆ, ਜੈਸੀ ਬਿਆਨ ਹੋਣਗੇ ਵੈਸੀ ਕਾਰਵਾਈ ਕੀਤੀ ਜਾਊਗੀ। ਅੱਛਾ, ਮੌਕੇ 'ਤੇ ਪੁਲਿਸ ਨੇ ਸਿਰ ਛੜਾਇਆ ਵੀ ਜਾ ਕੇ ਕੋਈ? ਨਹੀਂ, ਮੌਕੇ 'ਤੇ ਪੁਲਿਸ ਨੇ ਛੜਾਇਆ, ਮੌਕੇ 'ਤੇ ਇਹਨਾਂ ਨੂੰ ਆਪਸ 'ਚ ਲੜਦਿਆਂ ਨੂੰ। ਅੱਛਾ ਅੱਛਾ, ਕੋਈ ਵੀਡੀਓ ਬਣਾਈਆਂ ਨੇ? ਨਹੀਂ, ਵੀਡੀਓ ਤਾਂ ਨਹੀਂ, ਮੈਨੂੰ ਪਤਾ ਆਪਾਂ ਉੱਥੇ ਲੇਡੀ ਕਾਂਸਟੇਬਲ ਹੈਗੀਆਂ ਸੀ, ਮੌਕੇ ਤੋਂ ਨਾ ਛਡਾਇਆ ਇਹਨਾਂ ਨੂੰ, ਲੇਡੀ ਨੂੰ ਕੋਈ ਜੈਂਟਸ ਦਾ ਕੰਮ ਕੋਈ ਨਹੀਂ। ਉਹ ਪੁਲਿਸ ਤੇ ਇਲਜ਼ਾਮ ਵੀ ਲੱਗ ਰਿਹਾ ਨੇ, ਕਹਿੰਦੇ ਵੀਡੀਓ ਬਣਾ ਰਹੇ ਸੀ ਮੌਕੇ ਤੇ ਛਡਾਉਣ ਦੀ। ਪਹਿਲਾਂ ਤੋਂ ਹੀ ਲਾ ਰਿਹਾ ਇਹਨਾਂ ਦਾ ਆਪਸ ਵਿੱਚ, ਹੈਗਾ ਕੋਰਟ ਕੇਸ ਚੱਲ ਰਿਹਾ। ਹਾਂਜੀ ਹਾਂਜੀ, ਇਹਨਾਂ ਪਹਿਲਾਂ ਦਾ ਹੀ ਹੈਗਾ ਇਹਨਾਂ ਦਾ ਆਪਸ। ਅੱਛਾ, ਬਣਦੀ ਕਾਰਵਾਈ ਸਰ ਕੀਤੀ ਗਈ? ਹਾਂ ਹਾਂ, ਬਣਦੀ ਕਾਰਵਾਈ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।